ਸਾਰਿਆਂ ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਨੂੰ ਆਹ ਵਾਲਾ ਡਿਜ਼ਾਇਨ ਬਣਾਉਣਾ ਦੱਸਣ ਲੱਗੀ ਹਾਂ। ਇਹ ਵੀ ਮੇਰੇ ਆਪਣੇ ਵਿਊਵਰ ਜਿਨ੍ਹਾਂ ਨੇ ਮੈਨੂੰ ਆਹ ਡਿਜ਼ਾਇਨ ਦੀ ਪਿੱਕ ਭੇਜੀ, ਅਤੇ ਹੁਣ ਮੈਂ ਤੁਹਾਨੂੰ ਬਣਾ ਕੇ ਦੱਸਦੀ ਹਾਂ ਆਪਾਂ ਇਹਨੂੰ ਕਿਵੇਂ ਬਣਾਵਾਂਗੇ। ਆਹ ਵੇਖੋ, ਆਹ ਇੱਕ ਸੰਗਲ ਜਿਹੜਾ, ਇਹ ਮੈਂ ਤੁਹਾਨੂੰ ਬਣਾਉਣਾ ਦੱਸਦੀ ਹਾਂ। ਇਹ ਜਿਹੜਾ ਸੰਗਲ, ਇਹ 9 ਫੰਦਿਆਂ ਦੇ ਵਿੱਚ ਬਣ ਕੇ ਜਿਹੜੀ ਕੇਬਲ ਤਿਆਰ ਹੋਈ ਆ, ਇਹਦੇ ਵਾਸਤੇ ਆਪਾਂ 9 ਫੰਦੇ ਕੇਬਲ ਵਾਸਤੇ ਲਵਾਂਗੇ। ਸਾਈਡ 'ਤੇ ਤੁਸੀਂ ਆਪਣੀ ਮਰਜ਼ੀ ਨਾਲ ਜਿੰਨੇ ਮਰਜ਼ੀ ਫੰਦੇ ਜਿਹੜੇ ਰੱਖ ਸਕਦੇ ਹੋ। ਇਹ ਹੁਣ ਮੈਂ ਤੁਹਾਨੂੰ ਬਣਾ ਕੇ ਵਿਖਾਉਣੀ ਆਪਾਂ ਇਹਨੂੰ ਕਿਵੇਂ ਬਣਾਵਾਂਗੇ। ਆਹ ਮੈਂ 15 ਫੰਦੇ ਪਾਏ ਸਿਲਾਈ 'ਤੇ। ਪਹਿਲਾ ਫੰਦਾ ਆਪਾਂ ਖਾਲੀ ਉਤਾਰਿਆ, ਅਗਲੇ 2 ਫੰਦੇ ਆਪਾਂ ਉਲਟੇ ਬਣਾਵਾਂਗੇ, ਧਾਗਾ ਪਿੱਛੇ ਕਰਕੇ 9 ਫੰਦੇ ਸਿੱਧੇ। 1, 2, 3, 4, 5, 6, 7, 8, 9 9 ਫੰਦੇ ਸਿੱਧੇ, ਫਿਰ 2 ਫੰਦੇ ਉਲਟੇ, ਲਾਸਟ ਵਾਲਾ ਫੰਦਾ ਆਪਾਂ ਖਾਲੀ ਇੱਦਾਂ ਸਿੱਧਾ ਹੋਇਆ। ਉਲਟੀ ਸਿਲਾਈ ਜਿਹੜੀ ਆਪਾਂ ਬਣਾਉਣੀ ਆ, ਉਲਟੇ ਫੰਦਿਆਂ ਦੇ ਉਲਟੇ ਫੰਦੇ, ਸਿੱਧੇ ਫੰਦਿਆਂ ਦੇ ਸਿੱਧੇ ਫੰਦੇ। ਹੁਣ ਆਪਾਂ ਇਹਦੀ ਜਿਹੜੀ ਆ ਵਾਲੀ ਕੇਬਲ ਸ਼ੁਰੂ ਕਰਾਂਗੇ। ਆਹ ਵੇਖੋ, ਆਹ ਜਿਹੜੇ ਆ ਇਹਨੂੰ ਆਪਾਂ ਬਣਾਵਾਂਗੇ। ਹੁਣ ਪਹਿਲਾ ਫੰਦਾ ਆਪਾਂ ਇੱਦਾਂ ਖਾਲੀ ਉਤਾਰ ਲਿਆ, 2 ਫੰਦੇ ਉਲਟੇ, ਧਾਗਾ ਪਿੱਛੇ ਕਰਕੇ। ਹੁਣ ਆਹ ਜਿਹੜੇ ਅਗਲੇ 3 ਫੰਦੇ ਆਪਾਂ ਇਹਨਾਂ ਨੂੰ ਇਸ ਤਰੀਕੇ ਲਾ ਲਾਂਗੇ। ਫਿਰ 3 ਫੰਦੇ ਆਪਾਂ ਇਸ ਸਿਲਾਈ 'ਤੇ ਲੈ, ਇਹਨਾਂ ਨੂੰ ਆਪਾਂ ਇੰਝ ਪਿਛਲੇ ਫੰਦਿਆਂ ਨੂੰ ਅੱਗੇ ਲਿਆਂਦਾ, ਅਗਲਿਆਂ ਨੂੰ ਪਿੱਛੇ ਲੈ ਗਏ। ਇੱਦਾਂ 1, 2, 3, 4, 5, 6 ਅਗਲੇ ਜਿਹੜੇ 3 ਫੰਦੇ ਇਹਨਾਂ ਨੂੰ ਆਪਾਂ ਇੱਦਾਂ ਸਿੱਧਾ ਬਣਾਵਾਂਗੇ। ਇਹਨਾਂ ਨੂੰ ਅਜੇ ਹਲਦੀ ਘੜੀ ਆਪਾਂ ਕੁਛ ਨਹੀਂ ਕਰਨਾ। ਇੰਝ 9 ਦੇ 9 ਫੰਦੇ ਹੋ ਗਏ, ਆ 2 ਫੰਦੇ ਉਲਟੇ। ਉਲਟੀ ਸਿਲਾਈ ਆਪਣੀ ਪੂਰੇ ਡਿਜ਼ਾਇਨ ਦੇ ਵਿੱਚ ਇਸ ਤਰੀਕੇ ਬਣੂੰਗੀ, ਸਿੱਧੇ ਫੰਦਿਆਂ ਦੇ ਸਿੱਧੇ ਫੰਦੇ, ਉਲਟੇ ਫੰਦਿਆਂ ਦੇ ਉਲਟੇ ਫੰਦੇ। ਇਹ ਆਪਣੀਆਂ 4 ਸਿਲਾਈਆਂ ਬਣ ਗਈਆਂ। ਹੁਣ ਆਪਾਂ 5ਵੀਂ ਸਿਲਾਈ 'ਤੇ ਹਾਂ ਡਿਜ਼ਾਇਨ ਦੀ। ਹੁਣ ਪਹਿਲੇ 3 ਫੰਦੇ ਆਪਾਂ ਇੱਦਾਂ ਸਿੱਧੇ ਬਣਾਵਾਂਗੇ, ਹੁਣ
ਅਗਲੇ 6 ਫੰਦਿਆਂ 'ਤੇ ਆਪਣਾ ਡਿਜ਼ਾਈਨ ਬਣੂਗਾ। ਪਹਿਲਾਂ ਆਪਾਂ ਪਹਿਲੇ 6 ਫੰਦਿਆਂ 'ਤੇ ਡਿਜ਼ਾਈਨ ਬਣਾਇਆ ਸੀ, ਲਾਸਟ ਵਾਲੇ 3 ਫੰਦੇ ਸਿੱਧੇ ਹੋਣੇ ਸੀ, ਹੁਣ ਆਪਾਂ ਪਹਿਲੇ 3 ਫੰਦੇ ਸਿੱਧੇ ਹੋਣ ਲਈ ਅਗਲੇ 6 ਫੰਦਿਆਂ 'ਤੇ ਡਿਜ਼ਾਈਨ ਬਣੂਗਾ। ਇਹਨਾਂ ਨੂੰ ਆਪਾਂ ਇਸ ਤਰੀਕੇ 6 ਫੰਦਿਆਂ ਨੂੰ ਉਤਾਰਿਆ, ਅਗਲੇ ਜਿਹੜੇ 3 ਫੰਦੇ ਇਹਨਾਂ ਨੂੰ ਬੈਕ ਤੋਂ ਲਵਾਂਗੇ, ਇੱਧਰਲੇ ਆਪਾਂ ਜਿਹੜੇ ਪਿਛਲੇ ਇਹਨਾਂ ਨੂੰ ਅੱਗੇ ਇਸ ਤਰੀਕੇ ਲਿਆਵਾਂਗੇ। ਇਹ ਡਿਜ਼ਾਈਨ ਵਾਸਤੇ ਆਪਾਂ ਨੂੰ ਨਾ ਥੋੜ੍ਹੀਆਂ ਜਿਹੀਆਂ ਸਿਲਾਈਆਂ ਜਿਹੜੀਆਂ ਆਪਾਂ ਮੋਟੀਆਂ ਲਾਵਾਂਗੇ, ਤਾਂ ਕਿ ਥੋੜ੍ਹਾ ਜਿਹਾ ਆਪਾਂ ਢਿੱਲੇ ਹੱਥ ਨਾਲ ਡਿਜ਼ਾਈਨ ਬਣਾਵਾਂਗੇ, ਫਿਰ ਆਪਣਾ ਡਿਜ਼ਾਈਨ ਜ਼ਿਆਦਾ ਵਧੀਆ ਬਣਦਾ ਹੈ। ਉਲਟੀ ਸਿਲਾਈ ਫਿਰ ਆਪਣੇ ਕੋਲ ਇਸ ਤਰੀਕੇ ਆ ਗਈ, ਇਹ ਆਪਣੀ 6ਵੀਂ ਸਿਲਾਈ ਹੈ। ਹੁਣ ਆਪਾਂ 7ਵੀਂ ਸਿਲਾਈ 'ਤੇ ਆ ਗਏ। 7ਵੀਂ ਸਿਲਾਈ ਆਪਾਂ ਫਿਰ 2 ਫੰਦੇ ਉਲਟੇ, ਹੁਣ ਇਹ ਪੂਰੇ 9 ਫੰਦੇ ਜਿਹੜੇ ਆਪਾਂ ਸਿੱਧੇ ਬਣਾਵਾਂਗੇ। ਹੁਣ ਆਪਾਂ 8ਵੀਂ ਸਿਲਾਈ 'ਤੇ ਆ ਗਏ। 8ਵੀਂ ਸਿਲਾਈ ਆਪਣੀ ਸਿੱਧੇ ਫੰਦਿਆਂ ਦੇ ਸਿੱਧੇ ਫੰਦੇ, ਉਲਟੇ ਫੰਦਿਆਂ ਦੇ ਉਲਟੇ ਫੰਦੇ। ਹੁਣ ਫਿਰ ਆਪਾਂ ਇੱਧਰਲੀ ਕੇਬਲ ਜਿਹੜੀ ਇਹਨੂੰ ਪਲਟਾਂਗੇ। 9ਵੀਂ ਸਿਲਾਈ ਆਪਣੀ, 8 ਸਿਲਾਈਆਂ ਬਾਅਦ ਆਪਣੀ ਜਿਹੜੀ ਆ ਕੇਬਲ ਇਸ ਤਰੀਕੇ ਫਿਰ ਬਦਲਦੀ ਜਾਊਗੀ। ਹੁਣ ਫਿਰ ਪਹਿਲੇ 3 ਫੰਦੇ ਆਪਾਂ, ਪਹਿਲੇ 6 ਫੰਦਿਆਂ ਦੇ ਵਿੱਚ ਆਪਾਂ ਜਿਹੜੀ ਕੇਬਲ ਬਣਾਵਾਂਗੇ। ਇਸ ਤਰੀਕੇ ਲਾਸਟ ਵਾਲੇ 3 ਫੰਦੇ ਆਪਣੇ ਜਿਹੜੇ ਸਿੱਧੇ। ਇੱਕ ਸਿਲਾਈ ਮੈਂ ਹੋਰ ਤੁਹਾਨੂੰ ਬਣਾ ਕੇ ਵਿਖਾਉਂਦੀ ਹਾਂ, ਇੱਕ ਵਾਰ ਕੇਬਲ ਪੂਰੀ ਕਰਕੇ।
ਆ ਮੇਰੀ ਹੁਣ 10ਵੀਂ ਸਿਲਾਈ ਆ। ਹੁਣ ਪਹਿਲੇ ਜਿਹੜੇ 6 ਫੰਦੇ ਇਹਨਾਂ ਨੂੰ ਆਪਾਂ ਸਿੱਧਾ ਬਣਾ ਲਾਂਗੇ। ਇੱਕ ਦੋ ਤਿੰਨ ਚਾਰ ਪੰਜ ਛੇ, ਸੋਰੀ ਪਹਿਲੇ 3 ਫੰਦੇ ਆਪਾਂ ਸਿੱਧੇ ਬਣਾਉਣੇ ਆ, 1 2 3। ਹੁਣ ਇਹਨਾਂ 6 ਫੰਦਿਆਂ 'ਤੇ ਆਪਣੀ ਕੇਬਲ ਬਣੂੰਗੀ ਇਸ ਤਰੀਕੇ। ਇਸ ਤਰੀਕੇ ਆਪਣੀ ਇਹ ਜਿਹੜੀ ਕੇਬਲ ਬਣ ਕੇ ਤਿਆਰ ਹੋ ਗਈ ਆ। ਪਹਿਲੀਆਂ 2 ਸਿਲਾਈਆਂ ਆਪਾਂ ਨਹੀਂ ਗਿਣਾਂਗੇ, ਜੇ ਉਹ ਗਿਣਾਂਗੇ ਫਿਰ ਆਪਣੀ 8ਵੀਂ ਸਿਲਾਈ ਅਤੇ ਪਲੇਨ ਆਈ ਆ। ਜੇ ਆਪਾਂ ਉਹਨਾਂ ਨੂੰ ਨਹੀਂ ਗਿਣਾਂਗੇ ਫਿਰ ਹਰ 6ਵੀਂ ਸਿਲਾਈ 'ਤੇ ਆਪਣਾ ਜਿਹੜਾ ਵਾ ਡਿਜ਼ਾਇਨ ਚੇਂਜ ਹੁੰਦਾ ਜਾਊਗਾ। ਵੇਖਿਓ ਸੇਮ ਡਿਜ਼ਾਇਨ ਉਹੀ ਬਣ ਗਿਆ। ਇਸ ਤਰ੍ਹਾਂ ਹੋਰ ਨਵੇਂ ਨਵੇਂ ਡਿਜ਼ਾਈਨ ਸਿੱਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਲਾਈਕ ਕਰਿਓ, ਸ਼ੇਅਰ ਕਰਿਓ।